ਭੋਗਪੁਰ ਜਿਹੜੀ ਹੈ ਸਰਕਾਰੀ ਖੰਡ ਮਿਲ ਉਹਦੇ ਬਾਹਰ ਜਿਹੜਾ ਕਿਸਾਨਾਂ ਨੇ ਧਰਨਾ ਦਿੱਤਾ ਹੈ, ਜਿਨ੍ਹਾਂ ਨੇ ਆਪਣੀ ਬਕਾਇਆ ਰਾਸ਼ੀ ਦੇ ਕਾਰਨ ਜਿਹੜੀ ਨਾ ਮਿਲਣ ਕਾਰਨ ਲਗਾਤਾਰ ਜਿਹੜੇ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਆ। ਤੇ ਉੱਥੇ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਿਧਾਇਕ ਹੈ ਪਵਨ ਕੁਮਾਰ ਟੀਨੂ ਜੀ ਵੀ ਪਹੁੰਚੇ, ਉਹਨਾਂ ਨਾਲ ਵੀ ਗੱਲ ਕਰਦੇ। ਸਰ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਹਦੇ ਸਰਕਾਰ ਦੀ ਜਾਨ ਨੂੰ ਰੋ ਰਹੇ ਆ ਕਿਸਾਨ। ਸਰਕਾਰ ਕਿਸਾਨਾਂ ਦਾ ਪਿਛਲੇ ਸਾਲ ਦਾ ਲਗਭਗ ਪੂਰੇ ਪੰਜਾਬ 'ਚ 300 ਕਰੋੜ ਰੁਪਈਆ ਬਕਾਇਆ ਨਹੀਂ ਦੇ ਰਹੀ, ਖਾ ਗਈ ਆ। ਜਿਹੜਾ ਕਿਸਾਨ ਨੇ ਗੰਨਾ ਮਿੱਲਾਂ ਨੂੰ ਦਿੱਤਾ ਉਹਦੀ ਖੰਡ ਬਣ ਕੇ ਸਾਰੇ ਦੁਕਾਨਦਾਰਾਂ ਨੇ ਪੈਸੇ ਕਮਾ ਲਏ ਤੇ ਹਾਲੇ ਤੱਕ ਕਿਸਾਨ ਨੂੰ ਉਹਦੇ ਪੈਸੇ ਨਹੀਂ ਮਿਲੇ। ਕਿੰਨੀ ਬੇਇਨਸਾਫੀ ਆ। ਉਸ ਦੇ ਖਿਲਾਫ ਅੱਜ ਭੋਗਪੁਰ ਸ਼ੂਗਰ ਮਿੱਲ ਦਾ ਧਰਨਾ ਆ। 23 ਕਰੋੜ ਰੁਪਈਆ ਤੇ ਇਸ ਮਿੱਲ ਨਹੀਂ ਦੇਣਾ ਕਿਸਾਨਾਂ ਦਾ। ਤੇ ਸਰਕਾਰ ਆਏ ਦਿਨ ਕੈਪਟਨ ਅਮਰਿੰਦਰ ਸਿੰਘ ਤੇ ਕੋਆਪਰੇਟਿਵ ਮੰਤਰੀ ਆਏ ਦਿਨ ਕਹਿ ਦਿੰਦੇ ਆ ਦੇ ਦਿਆਂਗੇ, ਕਦੀ ਨਵੰਬਰ ਚ, ਕਦੀ ਜਨਵਰੀ ਚ, ਕਦੀ ਦਸੰਬਰ ਚ, ਲੇਕਿਨ ਦਿੰਦੇ ਨਹੀਂ। ਇਹ ਕਿਸਾਨ ਦੇ ਨਾਲ ਸਰਾਸਰ ਬੇਇਨਸਾਫੀ ਆ। ਇਸ ਬੇਇਨਸਾਫੀ ਦੇ ਖਿਲਾਫ ਧਰਨਾ ਲਾ। ਲਗਾਤਾਰ ਜਿਹੜੇ ਕਿਸਾਨ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਆ, ਪਰ ਸਰਕਾਰਾਂ ਵੀ ਫਿਰ ਵੀ ਇੱਧਰ ਧਿਆਨ ਨਹੀਂ ਦੇ। ਅੱਜ ਜੇ ਸਰਕਾਰ ਧਿਆਨ ਨਾ ਦਊਗੀ ਤਾਂ ਫਿਰ 2022 ਆ ਜਾਣੀ ਆ, ਫਿਰ ਲੋਕ ਨਾ ਧਿਆਨ ਦੇਣਗੇ ਕਾਂਗਰਸ ਵਾਲੇ ਜਿੱਦਾਂ ਅੱਗੇ ਹੁੰਦੀ ਹੈ। ਕੋਈ ਗੱਲ ਨਹੀਂ, ਲੜਾਈ ਲੜਾਂਗੇ, ਕੋਈ ਗੱਲ ਨਹੀਂ। ਬਿਲਕੁਲ, ਹੋਰ ਵੀ ਜਿਹੜੇ ਕਿਸਾਨ ਵੀ ਸਾਡੇ ਨਾਲ ਹੈ ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਕੀ ਨਾਂ ਜੀ? ਗੁਰਪ੍ਰੀਤ ਸਿੰਘ ਅਟਵਾਲ ਜੀ। ਕੀ ਕਹਿਣਾ ਚਾਹੁੰਦੇ ਹੋ? ਧਰਨਾ ਪ੍ਰਦਰਸ਼ਨ ਲਗਾਤਾਰ ਕਰਦੇ ਹਾਂ, ਕਾਫੀ ਅਰਸਾ ਹੋ ਗਿਆ, ਫਿਰ ਵੀ ਜਿਹੜੀ ਬਕਾਇਆ ਰਾਸ਼ੀ ਨਹੀਂ ਮਿਲਦੀ। ਦੇਖੋ, ਅੱਜ ਜਿਹੜੀ ਕਾਂਗਰਸ ਸਰਕਾਰ ਆ ਉਹਨੇ ਇੱਕ ਸੋਚ ਲਿਆ ਆ ਕਿ ਅਸੀਂ ਜਿਹੜੀ ਕਿਸਾਨੀ ਆ, ਜਵਾਨੀ ਆ, ਇਹਨੂੰ ਖਤਮ ਹੀ ਕਰ ਦੇਣਾ ਆ। ਅਸੀਂ ਅੱਜ ਤੋਂ ਧਰਨੇ ਨਹੀਂ ਲਾਉਂਦੇ ਆ। ਦੇਖੋ, 30/8/2018 ਨੂੰ ਵੀ ਅਸੀਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀਗਾ। ਇਹ ਮੰਗ ਪੱਤਰ ਆ, MLA ਸਾਹਿਬ ਸਾਡੇ ਨਾਲ ਸੀ ਉਹਦੇ ਨਾਲ, ਪਵਨ ਕੁਮਾਰ ਟੀਨੂ ਜੀ ਵੀ, ਪਰ ਇਹਦੇ 'ਤੇ ਵੀ ਕੁਛ ਨਹੀਂ ਹੋਇਆ। ਤੁਸੀਂ ਦੇਖ ਲਓ, ਇਹ 18/19 ਨੂੰ ਅਸੀਂ ਫਿਰ ਦਾ, ਉਹ ਤੋਂ ਬਾਅਦ 16/19 ਨੂੰ ਫਿਰ ਅਸੀਂ ਦੇ ਕੇ ਆਏ ਡੀ ਸੀ ਸਾਹਿਬ ਨੂੰ। ਪਰ ਉਹਦੇ ਵਿੱਚ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਦੇਖੋ, ਜਿਹੜਾ ਸਰਕਾਰ ਨੇ ਕਰਜ਼ਾ ਮਾਫ਼ੀ ਦੀ ਗੱਲ ਕੀਤੀ ਸੀ 625 ਕਰੋੜ ਦੇ ਕਰੀਬ ਪ੍ਰਾਈਵੇਟ ਤੇ ਸਰਕਾਰੀ ਮਿੱਲਾਂ ਵੱਲ, ਜੋ ਪਿਛਲਾ ਸੀਜ਼ਨ ਆ ਤੇ ਹੁਣ ਦਾ ਸੀਜ਼ਨ ਆ, ਉਹਦੀ ਜੇ ਬਕਾਇਆ ਰਾਸ਼ੀ 625 ਕਰੋੜ ਬਣਦੀ ਆ ਜਿਹੜੀ ਖੜੀ ਆ। ਭੋਪਰ ਮਿੱਲ ਦੀ ਗੱਲ ਕੀਤੀ ਜਾਵੇ ਤਾਂ 22.5 ਕਰੋੜ ਰੁਪਈਆ ਪਿਛਲੇ ਸੀਜ਼ਨ ਦਾ ਤੇ 15 ਕਰੋੜ ਰੁਪਈਆ ਇਸ ਸੀਜ਼ਨ ਦਾ ਹੋ ਗਿਆ। ਸਭ ਤੋਂ ਵੱਡਾ ਧੋਖਾ ਕਾਂਗਰਸ ਸਰਕਾਰ ਇਹ ਕਰ ਰਹੀ ਆ ਕਿ ਜਦੋਂ ਵੀ ਇੱਥੇ ਅਕਾਲੀ ਦਲ ਦੀ ਸਰਕਾਰ ਸੀ, ਪਰਚੀਆਂ ਕੈਲੰਡਰ ਦੇ ਹਿਸਾਬ ਨਾਲ ਆ ਰਹੀਆਂ ਸੀ, ਪਰ ਇਹਨਾਂ ਦੀ ਸਰਕਾਰ 'ਚ ਤੁਸੀਂ ਅੰਦਰ ਜਾ ਕੇ GM ਸਾਹਿਬ ਨੂੰ ਪੁੱਛ ਲਓ, ਇਹਦੀ ਇਨਕੁਆਇਰੀ ਕਰਾ ਲਓ ਕਿ ਪਿਛਲੀਆਂ ਪਰਚੀਆਂ ਜਿਹੜੇ ਕਾਂਗਰਸ ਦੇ ਧੜਾਲ ਆ ਉਹ ਨਿਕਲ ਗਈਆਂ। ਜੀ, ਤੁਹਾਡੀ ਬਕਾਇਆ ਰਾਸ਼ੀ ਨਹੀਂ ਦਿੱਤੀ ਜਾ ਰਹੀ, ਜਿਹੜਾ ਤੁਸੀਂ ਕਰਜ਼ਾ ਲੈਂਦੇ ਹੋ ਉਹਦੇ ਤੇ ਵਿਆਜ ਤੇ ਵਿਆਜ ਲੱਗ ਰਿਹਾ, ਉਹਦੇ ਬਾਰੇ ਕੀ? ਦੇਖੋ, ਜਿਹੜਾ ਕਰਜ਼ਾ ਲੈਂਦੇ ਆ ਸਾਨੂੰ ਫਸਲ ਬੀਜਣ ਨੂੰ ਕਰਜ਼ਾ ਦਿੰਦੇ ਆ, ਖੁਦ ਮੈਂ ਵੀ ਕਰਜ਼ਾ ਲਿਆ ਉਹਦੇ ਤੇ, ਸਾਡੇ ਤੋਂ ਵਿਆਜ ਵਸੂਲ ਕਰ ਰਿਹਾ। ਅੱਜ ਵੀ ਮੇਰੀ ਰਕਮ ਜਿਹੜੀ ਆ ਇੱਥੇ ਪਈ ਆ ਮਿੱਲ ਦੇ ਵਿੱਚ, ਉਹਨੂੰ ਸਾਨੂੰ ਵਿਆਜ ਕੋਈ ਨਹੀਂ ਦੇ ਰਹੇ। ਉਹ ਤੋਂ ਬਾਅਦ ਮੈਂ ਕੈਲੰਡਰ ਦੀ ਗੱਲ ਕਰ ਰਿਹਾ ਸੀ ਕਿ ਕਾਂਗਰਸ ਧੱਕਾ ਕਿੱਦਾਂ ਕਰ ਰਹੀ ਆ। ਤੁਸੀਂ ਜਾ ਕੇ ਅੰਦਰ ਦੇਖ ਸਕਦੇ ਕਿ ਜਿਹੜੇ ਪਰਚੀਆਂ ਆ, ਜਿਹੜਾ ਹਲੇ ਕੈਲੰਡਰ ਇੱਕ ਚਾਲੂ ਵੀ ਨਹੀਂ ਹੋਇਆ, ਉਹਦੀਆਂ ਪਰਚੀਆਂ ਵੀ ਕਾਂਗਰਸੀ ਜਿਹੜੇ ਵੱਡੇ ਆ ਲੀਡਰ ਉਹਨਾਂ ਦੀ ਸਿਫਾਰਸ਼ ਤੇ ਕੱਢ ਕੇ ਲੈ ਚੁੱਕੇ ਜ਼ਿਮੀਦਾਰ। ਜਿਹੜਾ ਆਮ ਜ਼ਿਮੀਦਾਰ ਆ, ਇਹ ਗਰੀਬ ਤਕਵੇ ਤੋਂ ਆ, ਉਹ ਵਿਚਾਰਾ ਨੂੰ ਪਰਚੀ ਨਹੀਂ ਮਿਲ ਰਹੀ, ਉਹਦੀ ਲੇਬਰ ਵੀ ਮਹਿੰਗੀ ਹੋ ਜਾਣੀ, ਉਹ ਗਰੀਬੀ ਹੋਰ ਥੱਲੇ ਕਰਦੇ ਥੱਲੇ ਆ ਜਾਣਾ। ਵਿਨੋਦ, ਅਗਰ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਧਰਨੇ ਤੇ ਬੈਠੇ ਨੇ ਅਸੀਂ ਸਭ ਕੁਝ ਵੇਖ ਪਾ ਰਹੇ ਹਾਂ, ਪਰ ਸਰਕਾਰ ਦੀ ਗੱਲ ਕਰੀਏ ਤਾਂ ਇੱਕ ਹੀ ਟੰਡੋਰਾ ਪਿੱਟਦੀ ਨਜ਼ਰ ਆ ਰਹੀ ਕਿ ਸਾਡਾ ਖਜ਼ਾਨਾ ਖਾਲੀ ਹੈ, ਅਸੀਂ ਘਾਟੇ ਦੇ ਵਿੱਚ ਚੱਲ ਰਹੇ ਹਾਂ, ਇਸ ਕਰਕੇ ਅਸੀਂ ਅਦਾ ਕਰ ਦਾਂਗੇ, ਹਨੇਰ ਨਹੀਂ ਹੈ, ਦੇਰ ਜ਼ਰੂਰ ਹੈਗੀ ਹੈ। ਉਸ ਦੇ ਬਾਰੇ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਸਾਨ? ਬਿਲਕੁਲ, ਜਿਸ ਤਰ੍ਹਾਂ ਕਿ ਸਰਕਾਰ ਲਗਾਤਾਰ ਕਹਿੰਦੀ ਆ ਰਹੀ ਵੀ ਹੈ ਕਿ ਸਾਡੇ ਖਜ਼ਾਨੇ ਖਾਲੀ ਹੈ, ਵੀ ਪੈਸੇ ਦੇਣ ਤੋਂ ਜਿਹੜੀ ਮਨਾਹੀ ਕੀਤੀ ਜਾ ਰਹੀ ਹੈ ਉਹਦੇ ਬਾਰੇ ਕੀ? ਸਰ, ਇਹ ਤਾਂ ਡਰਾਮਾ ਕਰ ਰਹੀ ਹੈ, 3 ਸਾਲ ਹੋ ਗਏ ਆ, 3 ਸਾਲ ਹੋ ਗਏ ਆ ਸਾਨੂੰ ਇਹੋ ਸੁਣਨ ਨੂੰ ਮਿਲ ਰਿਹਾ, ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਸਾਡੇ ਪਿਛਲੇ ਸਾਲ ਦੀ, ਮੇਰਾ 7.5 ਲੱਖ ਰੁਪਈਆ ਇਸ ਮਿੱਲ ਦੇ ਵਿੱਚੋਂ ਲੈਣੇ ਵਾਲਾ ਆ, ਤੇ ਉਹਨੂੰ ਅੱਜ ਕੱਲ੍ਹ ਨਾਲ ਟਾਲ ਦਿੱਤਾ ਜਾ ਗਿਆ। ਅਸੀਂ ਮਜਬੂਰਨ ਹੋ ਕੇ ਅਸੀਂ ਧਰਨੇ ਤੇ ਬੈਠੇ ਹਾਂ, ਤੇ ਗਾਂਹ ਤੋਂ ਵੀ ਸਾਨੂੰ ਕਰਜ਼ੇ ਲਈ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਨਵੀਂ ਫਸਲ ਲਈ ਕਰਜ਼ਾ ਲਿਆ ਜਾਵੇ, ਤੇ ਉਹਦਾ ਵਿਆਜ ਲਾ ਰਿਹਾ। 7.5 ਲੱਖ ਰੁਪਈਆ ਪਿਛਲੇ ਸਾਲ ਦਾ ਸਾਨੂੰ ਕੋਈ ਵਿਆਜ ਨਹੀਂ ਮਿਲ ਰਿਹਾ, ਸਾਨੂੰ ਨਵੀਂ ਫਸਲ ਲਈ ਕਰਜ਼ਾ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਕਰਜ਼ਾ ਲਓ ਤੇ ਅਸੀਂ ਉਹ ਤੇ ਵਿਆਜ ਲਾਵਾਂਗੇ। ਸਾਡੇ ਪੈਸੇ ਤੇ ਕੋਈ ਵਿਆਜ ਨਹੀਂ ਮਿਲ ਰਿਹਾ, ਸਾਡੇ ਨਾਲ ਸਾਰਾ ਧੱਕਾ ਹੋ ਰਿਹਾ, ਇੱਥੇ ਬੋਰਡ ਵੀ ਆਪਣੀ ਮਰਜ਼ੀ ਕਰ ਰਿਹਾ, ਪਰਚੀਆਂ ਜਿਹੜੀਆਂ ਉਹ ਕਾਂਗਰਸੀਆਂ ਨੂੰ ਮਿਲ ਰਹੀਆਂ, ਸਾਡੇ ਪਾਉਣ ਜਿਹੜੇ ਆ ਸਾਡੀ ਪਰਚੀ ਨਿਕਲਦੀ ਨਹੀਂ ਗੀ, ਅਸੀਂ ਸਾਰੇ ਜ਼ਿਮੀਦਾਰ ਇਹਨਾਂ ਨੂੰ ਖੱਜਲ ਕਰ ਰਹੇ ਹਾਂ। ਇਸ ਕਰਕੇ ਇਹ ਸਰਕਾਰ ਕਹਿੰਦੀ ਸੀ ਕਰਜ਼ਾ ਮਾਫ਼ ਕਰਾਂਗੇ,
ਕਰਜ਼ਾ ਤਾਂ ਕੀ ਮਾਫ਼ ਕਰਨਾ, ਸਾਡੀ ਫਸਲ ਦਾ ਸਾਨੂੰ ਮੁੱਲ ਨਹੀਂ ਮਿਲ ਰਿਹਾ, ਸਾਡੇ ਪੈਸੇ ਨਹੀਂ ਮਿਲ ਰਹੇ, ਅਸੀਂ ਮਜਬੂਰਨ ਹੋ ਰਹਾ ਕੇ ਧਰਨੇ ਤੇ ਬੈਠੇ ਹਾਂ। ਬਿਲਕੁਲ, ਜਿਸ ਤਰ੍ਹਾਂ ਕਿ ਕਿਸਾਨਾਂ ਨਾਲ ਵੀ ਗੱਲ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਰਕਾਰ ਨੇ ਕਰਜ਼ਾ ਮਾਫ਼ੀ ਦੀ ਗੱਲ ਕਰਦੇ ਆ ਪਰ ਕਰਜ਼ਾ ਮਾਫ਼ ਨਹੀਂ ਕੀਤਾ, ਪਰ ਉਹਨਾਂ ਦੀ ਜਿਹੜੀ ਬਕਾਇਆ ਰਾਸ਼ੀ ਹੈ ਉਹ ਵੀ ਜਿਹੜੀ ਹਜੇ ਤੱਕ ਨਹੀਂ ਦਿੱਤੀ, ਜਿਸ ਨੂੰ ਲੈ ਕੇ ਜਿਹੜੇ ਕਿਸਾਨ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ। ਤੁਸੀਂ ਦੇਖ ਸਕਦੇ ਹੋ ਵੀ ਭੋਗਪੁਰ ਦੀ ਜਿਹੜੀ ਮਿੱਲ ਹੈਗੀ ਹੈ ਉਹਦੇ ਬਾਹਰ ਜਿਹੜੇ ਇੱਕ ਰੋਸ ਧਰਨੇ ਦੇ ਵਜੋਂ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ, ਜਿੱਥੇ ਕਿਸਾਨ ਲਗਾਤਾਰ ਇੱਥੇ ਪਹੁੰਚ ਰਹੇ ਤੇ ਇੱਕ ਵੱਡਾ ਇਕੱਠ ਜਿਹੜਾ ਇੱਥੇ ਕਰ ਰਹੇ ਹਨ। ਬਿਲਕੁਲ, ਅਸੀਂ ਵੇਖ ਪਾ ਰਹੇ ਹਾਂ, ਕਹਿ ਸਕਦੇ ਆ ਕਿ ਕੋਈ ਸ਼ਹਿਰ ਦੀ ਕੋਈ ਅਜਿਹੀ ਚੌਂਕ ਨਹੀਂ ਹੋਏਗਾ ਜਿੱਥੇ ਧਰਨੇ ਨਹੀਂ ਚੱਲ ਰਹੇ। ਬੇਸ਼ੱਕ ਉਹ ਕਿਸਾਨ ਲਗਾ ਰਹੇ ਹੋਣ, ਬੇਸ਼ੱਕ ਮੁਲਾਜ਼ਮ ਹੋਣ, ਅਧਿਆਪਕ ਹੋਣ, ਬੇਅਦ ਮੰਦੇ ਹਾਲਾਤ ਨੇ ਸੂਬੇ ਦੇ, ਇਹ ਕਹਿਣ ਦੇ ਵਿੱਚ ਕੋਈ ਮਨਾਹੀ ਨਹੀਂ ਹੈ। ਪਰ ਫਿਲਹਾਲ ਅਗਰ ਇਸ ਧਰਨੇ ਦੀ ਗੱਲ ਕਰ ਰਹੇ ਹਾਂ ਤਾਂ ਕੀ ਕੁਝ ਇਹਨਾਂ ਦੇ ਵੱਲੋਂ ਅਗਲਾ ਕਦਮ ਚੁੱਕਿਆ ਜਾਏਗਾ? ਇਹ ਸਿਰਫ ਧਰਨਾ ਲਗਾ ਕੇ ਸ਼ਾਂਤ ਬੈਠ ਜਾਣਗੇ? ਕਿਉਂਕਿ ਗੁਰਦਾਸਪੁਰ ਦੇ ਕਿਸਾਨਾਂ ਦੀ ਗੱਲ ਕਰੀਏ ਤਾਂ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਹਨਾਂ ਨੇ 2 ਦਿਨ ਦਾ ਸਮਾਂ ਦਿੱਤਾ, ਕੱਲ 2 ਦਿਨ ਦਾ ਸਮਾਂ ਦਿੱਤਾ। ਜੇਕਰ ਅਦਾਇਗੀ ਨਹੀਂ ਹੁੰਦੀ ਉਸ ਤੋਂ ਬਾਅਦ ਉਹ ਅਗਲਾ ਸਟੈਪ ਚੱਕਣਗੇ, ਔਰ ਵੱਡੀ ਇਹਨਾਂ ਦੀ ਰਕਮ ਹੈਗੀ ਜੋ ਫਸੀ ਹੋਈ ਹੈ ਉਸ ਦੇ ਲਈ ਕਿਸ ਤਰ੍ਹਾਂ ਦੇ ਨਾਲ ਸੰਘਰਸ਼ ਵਿੱਢਣਗੇ? ਜੀ ਬਿਲਕੁਲ, ਅੱਜ ਜਿਹੜੇ ਹੈ ਭੋਗਪੁਰ ਦੇ ਜਿਹੜੇ ਕਿਸਾਨ ਹੈਗੇ ਆ ਤੇ ਮਿਲ ਦੇ ਬਾਹਰ ਜਿਹੜਾ ਧਰਨਾ ਪ੍ਰਦਰਸ਼ਨ ਕਰ ਰਹੇ, ਇਹਨਾਂ ਦੀ ਰਣਨੀਤੀ ਵੀ ਜਿਹੜੀ ਦੱਸ ਦਵਾਂ ਵੀ ਅੱਜ ਸਵੇਰ ਤੋਂ ਹੀ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਜੀ। ਵਿਧਾਇਕ ਪਵਨ ਕੁਮਾਰ ਟੀਨੂ ਜੀ ਵੀ ਇੱਥੇ ਪਹੁੰਚੇ ਆ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਇਸੇ ਤਰ੍ਹਾਂ ਹੀ ਜਿਹੜਾ ਮਿਲ ਦੇ ਬਾਹਰ ਜਿਹੜਾ ਜਿੰਨੀ ਦੇਰ ਤੱਕ ਉਹਨਾਂ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ ਇਸੇ ਤਰ੍ਹਾਂ ਹੀ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੋਏਗਾ ਜੀ। ਠੀਕ ਹੈ ਵਿਨੋਦ, ਬਹੁਤ ਬਹੁਤ ਸ਼ੁਕਰੀਆ ਫਿਲਹਾਲ ਜੁੜਨ ਦੇ ਲਈ ਔਰ ਤਮਾਮ ਜਾਣਕਾਰੀ ਦੇ ਲਈ। ਸੋ ਕੁੱਲ ਮਿਲਾ ਕੇ ਪੱਕੇ ਧਰਨੇ ਤੇ ਬੈਠ ਗਏ ਨੇ ਕਿਸਾਨ। ਅਗਰ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਨਾਲ ਮੁੱਦਾ ਸਿਆਸੀ ਵੀ ਬਣਦਾ ਜਾ ਰਿਹਾ ਕਿਉਂਕਿ ਇੱਥੋਂ ਦੇ ਅਕਾਲੀ ਆਗੂ ਜਿਹੜੇ ਨੇ ਉਹ ਵੀ ਇਹਨਾਂ ਦੇ ਨਾਲ ਧਰਨੇ ਤੇ ਬੈਠ ਕੇ ਨੇ ਔਰ ਉਹਨਾਂ ਦਾ ਕਹਿਣਾ ਕਿ ਸਰਕਾਰ ਨੂੰ ਰੋ ਰਹੇ ਨੇ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਬਿਆਨਬਾਜ਼ੀ ਕੀਤੀ ਹੈਗੀ ਹੈ। ਸੋ ਵੱਡਾ ਮਸਲਾ ਹੈ ਗੰਨਾ ਕਿਸਾਨਾਂ ਦਾ ਕਿਉਂਕਿ ਗੁਰਦਾਸਪੁਰ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਹੁਣ ਜਲੰਧਰ ਦੇ ਵਿੱਚ ਵੀ ਪੱਕੇ ਧਰਨੇ ਤੇ ਬੈਠ ਕੇ ਨੇ। ਇਹਨਾਂ ਦਾ ਕਹਿਣਾ ਕਿ ਕਰੋੜਾਂ ਦੀ ਰਾਸ਼ੀ ਸਰਕਾਰ ਨਹੀਂ ਦੇ ਰਹੀ। ਕੀ ਤੁਸੀਂ 12ਵੀਂ 2015, 2016 ਜਾਂ 2017 'ਚ ਪਾਸ ਕੀਤੀ ਹੈ? ਤੁਹਾਨੂੰ ਲੱਗਦਾ ਤੁਹਾਡਾ ਪੜ੍ਹਾਈ ਤੋਂ ਬਾਅਦ ਗੈਪ ਪੈ ਗਿਆ ਅਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾ ਰਿਹਾ? ਹੁਣੇ ਫੋਨ ਚੱਕੋ, ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ